ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2004 ਦੇ ਵਿੱਚ ਮੈਂ ਇੱਕ ਵਾਰ Shimla ਹੀ ਗਿਆ ਤੇ ਮੈਨੂੰ ਉੱਥੇ ਆਪਣੇ ਇੱਕ ਟੀਚਰ ਦੇ ਘਰ ਜਾਣ ਦਾ ਮੌਕਾ ਮਿਲਿਆ ਜੋ 5ਵੇਂ ਫਲੋਰ ਤੇ ਰਹਿੰਦਾ ਸੀ ਤੇ ਅਸੀਂ ਉਹਨਾਂ ਦੇ ਘਰ ਕਹਿੰਦੇ ਲਿਫਟ ਨਹੀਂ ਚੱਲੂ ਮੈਂ ਕਿਹਾ ਜੀ ਸਾਨੂੰ ਤਾਂ ਪੌੜੀਆਂ ਚੜ੍ਹਨ ਦਾ ਸ਼ੌਂਕ ਹੈ ਤੇ ਅਸੀਂ 2-3 ਜਾਣੇ ਪੌੜੀਆਂ ਭੱਜ ਗਏ ਉੱਥੇ ਫੜਾਫੜ ਚੜ੍ਹ ਗਏ ਤੇ ਇਹਦੇ ਨਾਲ ਅਸੀਂ ਕਿਹਾ ਜੀ ਕੈਲਰੀਜ਼ ਵੀ ਬਰਨ ਹੋ ਜਾਂਦੀਆਂ ਤੇ ਜਿਹੜਾ ਦਿਲ ਵੀ ਕੰਮ ਕਰਦਾ ਰਹਿੰਦਾ ਉਹਨਾਂ ਨੂੰ ਗੱਲ ਸਾਡੀ ਚੰਗੀ ਲੱਗੀ ਤੇ ਅਸੀਂ ਜਦੋਂ ਟੌਪ ਫਲੋਰ ਤੇ ਪਹੁੰਚੇ ਉਹਦੇ ਉੱਪਰ ਟੈਂਕੀਆਂ ਪਈਆਂ ਸੀ ਮੈਂ ਕਿਹਾ ਜੀ ਪਾਣੀ ਕਿੱਦਾਂ ਚੜਾਣੇ ਮੈਂ ਜਲਦੀ ਜਲਦੀ ਗੱਲ ਪੂਰੀ ਕਰ ਦੇਣਾ ਉਹ ਕਹਿੰਦੇ ਜੀ ਟਰੱਕ ਆਂਦਾ ਹੈ ਤੇ ਟਰੱਕ ਰਾਹੀਂ ਅਸੀਂ ਚੜਾਣੇ ਅਦਰਵਾਈਜ਼ ਜਿਹੜਾ ਪਾਣੀ ਮੀਂਹ ਆਹੀ ਕਾਫੀ ਹੁੰਦਾ ਉਥੇ ਬਹੁਤ بڑے بڑے ਟੱਪ ਪਏ ਸੀ ਵੀ ਅਸੀਂ ਇਹ ਟੱਪਾਂ ਚ ਭਰ ਲੈਣੇ ਆ ਪਾਈਪ ਨਾਲ ਇੰਨੇ ਸ਼ਾਰਟ ਉਹ ਸਾਨੂੰ ਆਪਣੇ ਬਾਥਰੂਮ ਚ ਲੈ ਗਏ ਕਹਿੰਦੇ ਤੁਹਾਨੂੰ ਪਾਣੀ ਦੀ ਮੈਂ ਵਰਤੋਂ ਦੱਸਦਾ ਵੀ ਅਸੀਂ ਲੋਕ ਤੇ ਤੁਹਾਡੇ ਪੰਜਾਬੀਆਂ ਚ ਕੀ ਫਰਕ ਹੈ ਅੱਜ ਤੋਂ 18 ਸਾਲ ਪਹਿਲਾਂ ਗੱਲ ਸੀ ਜਦੋਂ ਸਾਨੂੰ ਇਹ ਗੱਲਾਂ ਜੇ ਮਤਲਬ ਪੰਜਾਬ ਚ ਇਸ ਤਰ੍ਹਾਂ ਦੇ ਸੈਮੀਨਾਰ ਹੋਣੇ ਹੀ ਉਦੋਂ ਹਾਸੂ ਹੀਣਾ ਮੰਨਿਆ ਜਾਂਦਾ ਸੀ ਵੀ ਸ਼ਾਇਦ ਪਾਣੀ ਲਈ ਵੀ ਅਸੀਂ ਜਿੱਥੇ ਅਸੀਂ ਬਾਹਰ ਖੜ ਕੇ ਬੇੜਾ ਜਦੋਂ ਧੋਣ ਲੱਗਦੇ ਆ ਟੂਟੀ ਦੇ ਪਾਈਪ ਲਾ ਕੇ ਤੇ ਹਜ਼ਾਰਾਂ ਲੀਟਰ ਟੈਂਕੀ ਟੈਂਕੀ ਉਹ ਖਾਲੀ ਕਰ ਦਿੰਨੇ ਆ ਵੀ ਸਾਡੀਆਂ ਜਨਾਨੀਆਂ ਘਰਦਿਆਂ ਕੰਨੇ ਵੀ ਸਾਫ਼ ਰੱਖੋ ਜੀ ਇਹਨੂੰ ਉਹ ਇਹ ਤਰੀਕੇ ਨਾਲ ਜਦੋਂ ਉਹਨਾਂ ਨੇ ਦੇਖਿਆ ਮੈਂ ਦੇਖਿਆ ਤਾਂ ਵੀ ਇੱਕ ਬੜੀ ਮਤਲਬ ਅਚਰਜ ਵਾਲੀ ਗੱਲ ਸੀ ਕਿ ਉਹ ਕਹਿੰਦੇ ਜੀ ਅਸੀਂ ਟੱਪ 'ਚ ਖੜ ਕੇ ਨੰਨੇ ਆ ਸੁਣਨ ਵਾਲੀ ਗੱਲ ਹੈ ਜੀ ਮਤਲਬ ਇਹ ਆਣ ਆਲਾ ਸਮਾਂ ਮਿਲਦਾ ਜੋ ਅੱਜ ਇੱਥੇ ਹੋਇਆ ਦੇਖ ਕੇ ਵੀ ਸੈਂਸਿਟਾਈਜ਼ ਕਰਨ ਵਾਲੀ ਗੱਲ ਟੱਪ 'ਚ ਖੜ ਕੇ ਨੰਨਾ ਜੀ ਉਸ ਤੋਂ ਬਾਅਦ ਟੱਪ 'ਚ ਕੱਪੜੇ ਧੋ ਲੈਣੇ ਆ ਉਸੇ ਪਾਣੀ 'ਚ ਜਿਹੜੇ ਟੱਪ 'ਚ ਨਹਾਏ ਖੜ ਕੇ ਡੱਬਾ ਚੱਕ ਕੇ ਉਹਦੇ ਜੀ ਕੱਪੜੇ ਧੋਲੇ ਤੇ ਉਹ ਪਾਣੀ ਅਸੀਂ ਚੱਕ ਕੇ ਟਾਇਲਟ 'ਚ ਲੈ ਜੰਨੇ ਵੀ ਜਦੋਂ ਲੈਟਰਨ ਬਾਥਰੂਮ ਉਹੀ ਪਾਣੀ ਉਹ 'ਚ ਪਾ ਦਾਂਗੇ ਤੇ ਫੇਰ ਜਾਂਦਾ ਇਹ ਸਾਡੇ ਜੰਗਲ 'ਚ ਤੇ ਇਹ ਮਤਲਬ ਤਰਾਸ ਦੀ ਉਹਦੋਂ ਸੋਨਾ 'ਚ ਮਿਲੀ ਤਾਂ ਬੜਾ ਲੱਗਿਆ ਕਿ ਮੈਂ ਕੀ ਕਰ ਸਕਦਾ ਸਰ ਨੇ ਮੈਕਰੋ ਲੈਵਲ ਤੇ ਗੱਲ ਕੀਤੀ ਸਰਕਾਰੀ ਪਾਲਿਸੀ ਮੈਂ ਕੋਈ ਚੇਂਜ ਨਹੀਂ ਕਰ ਸਕਦਾ ਨਾ ਤਾਂ ਮੈਂ ਕਿਸਾਨ ਆ ਨਾ ਮੈਂ ਰੈਵੋਲੂਸ਼ਨ ਕਰ ਸਕਦਾ ਜਿਵੇਂ ਦਿੱਲੀ ਰੈਵੋਲੂਸ਼ਨ ਹੋ ਗਿਆ ਅਸੀਂ ਸੋ ਕਾਲਡ ਜਿੱਤ ਕੇ ਆ ਗਏ ਪਰ ਜਿੱਥੇ ਸਰਕਾਰਾਂ ਨੇ ਸਾਨੂੰ ਆਪ ਬੰਨਤਾ 1960 ਤੋਂ ਬਾਅਦ ਭਾਖੜਾ ਡੈਮ ਬਣਾ ਕੇ ਵੀ ਭਾਈ ਹੁਣ ਤੁਸੀਂ ਸਾਰੇ ਦੇਸ਼ ਨੂੰ ਖਵਾਣਾ ਤੇ ਗਾਲਾਂ ਵੀ ਜੱਟਾਂ ਨੂੰ ਵਹਿ ਰਹੀਆਂ ਹੁਣ 40 ਸਾਲ ਹੋ ਗਏ ਸਾਨੂੰ ਮਤਲਬ 50 55 ਸਾਲ ਹੋ ਗਏ ਖਵਾੰਦੇ ਨੂੰ ਹਿੰਦੁਸਤਾਨ ਨੂੰ ਪਾਣੀ ਆਪਣਾ ਖਤਮ ਕਰ ਲਿਆ এনवायरमेंट ਆਪਣਾ ਖਤਮ ਕਰ ਲਿਆ ਫਿਰ ਦਿੱਲੀੋਂ ਰੋਲਾ ਪੈ ਜਾਂਦਾ ਕਿਤੇ ਯੂਨੋ ਤੱਕ ਪਾਕਿਸਤਾਨ ਰੋਲਾ ਪਾ ਦਿੰਦਾ ਵੀ ਭਾਈ ਇਹ ਤਾਂ ਇਹਨੂੰ ਸਟੱਬਲ ਨੂੰ ਸਟੱਬਲ ਬਰਨਿੰਗ ਕਰਦੇ ਆਂ ਅੱਗ ਲਾਉਂਦੇ ਆਂ ਤੇ ਪੂਰੇ ਪੰਜਾਬ 'ਚ ਤੇ ਹਿੰਦੁਸਤਾਨ 'ਚ ਤੇ ਦੁਨੀਆ 'ਚ ਪੋਲੂਸ਼ਨ ਕਰਦੇ ਆਂ ਪਰ ਖਾਣਾ ਵੀ ਇੱਥੋਂ ਹੀ ਐ ਕਣਕ ਵੀ ਇਹਨਾਂ ਨੂੰ ਸਸਤੀ ਚਾਹੀਦੀ ਐ ਤੇ ਜੀਰੀ ਵੀ ਸਸਤੀ ਚਾਹੀਦੀ ਐ ਤੇ ਪੰਜਾਬੀਆਂ ਨੂੰ ਗਾਲਾਂ ਵੀ ਇਹਨਾਂ ਨਹੀਂ ਕੱਢਣੀਆਂ ਪਰ ਗੱਲ ਇਹ ਹੈ ਕਿ ਇਹ ਤਾਂ ਮੈਕਰੋ ਇਕਨੋਮਿਕ ਪਾਲਿਸੀ ਆ ਉਹਦੇ 'ਚ ਮੈਂ ਕੁਝ ਨਹੀਂ ਕਰ ਸਕਦਾ ਮੇਰੀ ਆਵਾਜ਼ ਉੱਥੇ ਤੱਕ ਜਾਣੀ ਹੋਈ ਨਹੀਂ ਜੇ ਜਾਣੀ ਹੈ ਤਾਂ ਪਿਛਲੇ 20 ਸਾਲ ਤੋਂ ਆਪਾਂ ਨਹੀਂ ਸ਼ਾਇਦ ਪਹੁੰਚ ਜਾਂਦੀ ਪਰ ਕੋਈ ਚੇਂਜ ਨਹੀਂ ਆਣੀ ਕਿਉਂਕਿ ਇਹ ਚ ਆਰਥਿਕਤਾ ਵੀ ਹੈ ਇਹ ਚ ਸਮਾਜ ਵੀ ਹੈ ਤੇ ਜਦੋਂ ਸਿੱਖ ਜਾਂ ਪੰਜਾਬੀ ਦੋ ਗੱਲਾਂ ਬੰਨ ਲੈਣੇ ਆ ਵੀ ਅਸੀਂ ਸਮਾਜ ਲਈ ਕਰਨਾ ਹੈ ਤੇ ਫੈਮਿਲੀ ਦੇ ਤੌਰ ਤੇ ਕਰਨਾ ਹੈ ਫਿਰ ਉੱਥੇ ਸਾਨੂੰ ਧਰਮ ਦੇ ਨਾਂ ਤੇ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਨੇ ਵੀ ਇਹਨਾਂ ਸਿੱਖਾਂ ਦਾ ਦਾਹੀ ਰੌਲਾ ਜੀ 2% ਵਾਲਿਆਂ ਵਾ ਮਲੇ ਆਪਾਂ ਦਿੱਲੀ ਦੇਖ ਲੈ ਕਿ ਪੂਰੇ ਹਿੰਦੁਸਤਾਨ ਦੀ ਆਵਾਜ਼ ਸੀ ਪਰ ਬਦਨਾਮ ਸਾਨੂੰ ਕੀਤਾ ਗਿਆ ਪਰ ਮਾਈਕਰੋ ਲੈਵਲ ਤੇ ਮੈਂ ਜਾਂ ਤੁਸੀਂ ਕੀ ਕਰ ਸਕਦੇ ਮੈਂ ਉਹਦੀ ਉਦਾਹਰਣ ਬਣਿਆ ਤੇ ਇਹਦੇ ਇਸ ਕੇਸ ਚ ਮੈਨੂੰ ਘਰ ਮਜ਼ਾਕ ਵੀ ਬਹੁਤ ਕੀਤਾ ਗਿਆ ਮੇਰੇ ਬੱਚੀ ਬਾਅਦ ਚ ਮੈਨੂੰ ਮਜ਼ਾਕ ਕਰਨ ਲੱਗੇ ਲਾ ਸਾਡਾ ਪਾਪਾ ਵਾਟਰਮੈਨ ਬਣ ਗਿਆ ਉਹ ਮੈਨੂੰ ਵਾਟਰ ਪੈਨ ਤੇ ਮੇਰੀ ਵਾਈਫ ਨੇ ਮੈਨੂੰ ਬਹੁਤ ਇਸ ਚੀਜ਼ ਤੇ ਛੇੜਿਆ ਮੈਂ ਕੀਤਾ ਕਿ ਮੈਂ ਸਿਰਫ ਇੰਨੀ ਕਿ ਚੇਂਜ ਲਿਆਂਦੀ ਵੀ ਜਿਹੜਾ ਮੈਂ ਆਰਓ ਘਰ 2005 ਚ ਲਵਾਇਆ ਮੈਂ ਉਹਦਾ ਜਿਹੜਾ ਵੇਸਟ ਵਾਟਰ ਸੀ ਉਹ ਟੱਪ ਚ ਇਕੱਠਾ ਕਰਨਾ ਸ਼ੁਰੂ ਕਰਤਾ ਜਿਵੇਂ ਉਹ ਕਰਦੇ ਸੀ ਦੋ ਵੱਡੀਆਂ ਵੱਡੀਆਂ ਬਾਲਟੀਆਂ ਤੇ ਇੱਕ ਟੱਪ ਲਿਆ ਵੀ ਦਿਨ 'ਚ 100 ਲੀਟਰ 50 ਲੀਟਰ ਅਸੀਂ ਪਾਣੀ ਇੱਥੇ ਪ੍ਰੋਡਿਊਸ ਕਰਦੇ ਆ ਕਿਉਂਕਿ ਅਦਰਵਾਈਜ਼ ਤਾਂ ਨਾਲੀ 'ਚ ਰੋੜਦੇ ਸੀ ਉਹ ਉਹ ਮੈਂ ਉਹ ਪਾਣੀ ਨੂੰ ਆਪਣੀ ਜਿਹੜੀ ਘਰ ਰਸਫਾਈ ਵਾਲੀ ਉਹਨੂੰ ਸਟ੍ਰਿਕਟਲੀ ਕਹਿਤਾ ਵੀ ਤਾਂ ਇਹਦੇ 'ਚੋਂ ਹੀ ਕੱਪੜੇ ਡਬਾਉਣੇ ਆ ਇਹ ਪਾਣੀ ਲੈ ਕੇ ਤੇ ਇਹੀ ਪਾਣੀ ਲੈ ਕੇ ਤਾਂ ਪੂੰਚਾ ਮਾਰਨਾ ਤੇ ਪੂੰਚੇ ਵਾਲੇ ਪਾਣੀ ਦੇ ਵਿੱਚ ਤਾਂ ਇਹ ਸਰਫ ਨਹੀਂ ਪਾਣਾ ਵੀ ਤਾਂ ਆ ਜੋ ਪਾਣੀ ਦੇ ਵਿੱਚ ਸਿਰਫ ਮਿੱਟੀ ਦਾ ਕੰਟੈਂਟ ਹੋਵੇ ਉਹ ਪਾਣੀ ਤੂੰ ਬਾਅਦ ਦੇ ਵਿੱਚ ਬਾਹਰ ਰੱਖ ਦੀ ਗੰਦਗੀ ਕੋਹਟ ਆਪਜ ਇਕੱਠਾ ਕਰ ਲੈ ਸ਼ਾਮ ਨੂੰ ਮੈਂ ਉਹ ਪਾਣੀ ਕਈ ਸੌ ਬੂਟਾ ਮੈਂ ਘਰੇ ਲਾਇਆ ਹੋਇਆ ਛੱਤ ਤੇ ਜਿਹਦੇ ਵਿੱਚ ਮੈਂ ਕੈਪਸਿਕਮ ਜਿਹਨੂੰ ਅਸੀਂ ਚਾਰ ਪੰਜ ਜਿਹੜੀਆਂ ਮੇਨ ਬੂਟੇ ਹੋ ਜਾਂਦੇ ਆ ਇਹ ਸਬਜ਼ੀਆਂ ਹੋ ਜਾਂਦੀਆਂ ਉਹ ਛੱਤ ਤੇ ਲਾਈਆਂ ਹੋਈਆਂ ਉਹ ਮੈਂ ਪਾਣੀ ਆਪ ਰੋਜ਼ ਤਕਰੀਬਨ 50 ਤੋਂ 100 ਲੀਟਰ ਪਾਣੀ ਆਪ ਐਕਸਰਸਾਈਜ਼ ਕਰਨ ਦਾ ਮਾਰਾ ਤਿੰਨ ਚਾਰ ਬਾਲਟੀਆਂ ਗਰਾਊਂਡ ਫਲੋਰ ਤੋਂ ਸੈਕੰਡ ਫਲੋਰ ਤੇ ਲੈ ਕੇ ਜਾਂਦਾ ਮੈਂ ਤੁਹਾਨੂੰ ਅੱਡੀ ਫੋਟੋ ਵੀ ਉਹਦੀ ਤੁਹਾਨੂੰ ਦਿਖਾ ਸਕਦਾ ਵੀ ਉਹ ਜਿਹੜੀ ਮੇਰੀ ਐਕਸਰਸਾਈਜ਼ ਉਹ 50 ਲੀਟਰ 100 ਲੀਟਰ ਪਾਣੀ ਪਹੁੰਚਾਉਣ ਦੇ ਬਹਾਨੇ ਮੇਰੀ ਫਿਜ਼ੀਕਲ ਐਕਸਰਸਾਈਜ਼ ਵੀ ਹੋ ਜਾਂਦੀ ਹੈ ਤੇ ਉਹੀ ਪਾਣੀ ਮੈਂ ਜਿਹੜਾ ਤੇ ਇਸ ਤਰ੍ਹਾਂ ਘਰ ਦੇ ਵਿੱਚ ਤਾਂ ਮੈਂ ਥੋੜੀ देर ਮਜ਼ਾਕ ਦਾ ਪਾਤਰ ਹੁਣ ਵੀ ਮੈਨੂੰ ਮਜ਼ਾਕ ਕਰਦੇ ਆਂ ਕੀ ਤੁਸੀਂ ਪਾਣੀ ਪਾਣੀ ਕਰੀ ਜਾਂਦੇ ਹੋ ਫਿਰ ਜਿਹੜਾ ਉਹ ਟੱਪ ਆਲਾ ਪਾਣੀ ਹੁੰਦਾ ਜਿਹੜਾ ਬਚਿਆ ਉਹਦੇ ਨਾਲ ਮੈਂ ਆਪਣੀ ਕਾਰ ਮੈਂ ਹੁਣੇ ਗੱਲ ਕਰ ਰਿਹਾ ਸੀ ਕਾਰ ਧੋਣ ਨੂੰ ਅਸੀਂ ਪਾਈਪ ਲਾ ਕੇ ਲੱਗ ਜੰਨੇ ਆ ਤੁਣ ਸਿਰਫ ਕਾਰ ਤੇ 10 ਅਸੀਂ ਡੱਬੇ ਛਿੱਟੇ ਪਾਣੀ ਦੇ ਮਾਰੀਏ ਉਸ ਤੋਂ ਬਾਅਦ ਉਹਨੂੰ ਸੁੱਕਣੇ ਸੁੱਕੇ ਕੱਪੜੇ ਨਾਲ ਤੋਲਦੀ ਇੱਕ ਵਾਰ ਫੇਰ ਪਾਣੀ ਮਾਰਦੀ ਤਾਂ ਇੱਕ ਡੇਢ ਬਾਲਟੀ ਦੇ ਵਿੱਚ ਵਧੀਆ ਕਾਰ ਧੋਤੀ ਜਾ ਸਕਦੀ ਹੈ ਮਤਲਬ ਮੈਂ ਨਹੀਂ ਕਹਿ ਰਿਹਾ ਕਿ ਮੈਂ ਕੋਈ ਬਹੁਤ بڑا ਕੰਮ ਕਰ ਰਹੇ ਹਾਂ ਪਰ ਜੇ ਮੇਰੇ ਨਾਲ ਦੇ ਬੰਦੇ ਸਰਹ ਇਆ ਇੱਕ ਹਜ਼ਾਰੇ ਪ੍ਰੈਕਟਿਸ ਕਰਨ ਲੱਗ ਜਾਣ ਜਿਹੜੀ ਮੈਡਮ ਨੇ ਗੱਲ ਕੀਤੀ 2 ਲੱਖ ਲੀਟਰ ਵਾਲੀ ਤਾਂ ਮੈਂ ਹੁਣੇ ਗੁਣਾ ਕਰਕੇ ਇਹਨਾਂ ਦੇ ਬਾਨੇ ਦੇਖੀ ਵੀ ਜੇ ਮੈਂ ਸਰੋਜ ਸੋ 100 ਲੀਟਰ ਪਾਣੀ ਬਚਾਉਣਾ ਜਾਂ ਸਹੀ ਵਰਤੋਂ ਕਰਦਾ ਤਾਂ 365 ਦਿਨਾਂ ਦੇ ਵਿੱਚ ਇਹ ਤਕਰੀਬਨ 36000 ਲੀਟਰ ਪਾਣੀ ਦੀ ਵੇਸਟੇਜ ਘਟਦੀ ਹੈ ਜਾਂ ਇਹ ਬਚਦਾ ਕਿਉਂਕਿ ਜਿਹੜਾ ਪਾਣੀ ਅਸੀਂ ਬੂਟੇ 'ਚ ਪਾਨੇ ਆ ਜਾਂ ਖੇਤ 'ਚ ਭੇਜਦੇ ਆ ਉਹ ਇਵੈਪੋਰੇਟ ਹੁੰਦਾ ਮਤਲਬ ਕਮਾਲ ਦੀ ਕੁਦਰਤ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਆ ਵੀ ਕਿਸ ਤਰ੍ਹਾਂ ਸਾਊਥ 'ਚੋਂ ਵੇਪਸ ਉੱਡਦੀਆਂ ਬਈ ਉਹ ਬੰਗਾਲ ਤੋਂ ਉੱਥੋਂ ਹੀ ਵੈਪੋਰੇਟ ਹੁੰਦਾ ਪਾਣੀ ਜਿਹੜੇ ਏਰੀਆ 'ਚ ਸਾਡੇ ਕੋਲ ਪਾਣੀ ਨਹੀਂ ਹੈ ਜੰਗਲਾਂ ਦੇ ਵਿੱਚ ਜਾਂ ਉੱਚੇ ਪਹਾੜਾਂ ਦੇ ਵਿੱਚ ਉੱਥੇ ਉਹ ਮੀਂਹ ਪੈ ਜਾਂਦਾ ਕੰਡੈਂਸੇਸ਼ਨ ਦੇ ਨਾਲ ਇਹ ਸਾਰਾ ਕੁਦਰਤ ਹੀ ਹੈ ਉੱਥੋਂ ਫਿਰ ਉਚਾਈ ਤੋਂ ਨਿਵਾਣ ਵੱਲ ਪਾਣੀ ਆਣਾ ਤੇ ਸਾਡੇ ਦਰਿਆ ਬਣ ਜਾਂਦੇ ਆ ਤੇ ਦਰਿਆਵਾਂ 'ਚੋਂ ਅਸੀਂ ਲੈ ਕੇ ਪਾਣੀ ਉਹ ਠੀਕ ਹੈ ਬੁੱਢੇ ਨਾਲੇ ਦੀ ਪ੍ਰੋਬਲਮ ਜਦੋਂ ਮੈਂ ਪੜਦਾ ਸੀ 1998 'ਚ ਯੂਨੀਵਰਸਿਟੀ ਉਦੋਂ ਪਹਿਲੀ ਵਾਰ ਸੁਣੀ ਸੀ ਅਸੀਂ ਤੇ ਹੁਣੇ ਤੱਕ ਹੱਲ ਨਹੀਂ ਹੋਈ ਔਰ ਮੈਨੂੰ ਲੱਗਦਾ ਜਦੋਂ ਤੱਕ ਆਪਾਂ ਸਾਰੇ ਜਾ ਕੇ ਲੁਧਿਆਣੇ ਬੰਨ ਨਹੀਂ ਮਾਰਦੇ ਹੱਲ ਹੋਣੀ ਵੀ ਨਹੀਂ ਜਿੰਨਾ ਮਰਜ਼ੀ ਅਸੀਂ ਜ਼ੋਰ ਲਾਈ ਜਾਈਏ ਵੀ ਇਹ ਪੋਲੀਟੀਕਲ ਲੋਕ ਹੱਲ ਕਰਨਗੇ ਸਾਡੇ ਜੀ ਲੋਕ ਐਮ ਐਲ ਏ ਬਣ ਜਾਂਦੇ ਐਥੋ ਹੀ ਇਹਨਾਂ ਕਮਰਿਆਂ ਚ ਐਮ ਇੱਥੇ ਆ ਕੇ ਬੋਲਦੇ ਐ ਪਰ ਉਹਨਾਂ ਦੇ ਹੱਥ 'ਚ ਕੁਝ ਨਹੀਂ ਇਹਦਾ ਜਦ ਤੱਕ ਤੁਸੀਂ ਜਾ ਕੇ ਸਾਰੇ ਬੰਨ ਨਹੀਂ ਮਾਰੋਗੇ ਆ 5 7 20 ਬੰਦੇ ਉੱਥੇ ਗੋਲੀ ਨਹੀਂ ਖਾਓਗੇ ਉਦੋਂ ਤੱਕ ਇਹ ਕੋਈ ਬੁੱਡੇ ਨਾਲੇ ਵਾਲਾ ਨਹੀਂ ਇਹ ਕੈਂਸਰ ਵੀ ਇਦਾਂ ਹੀ ਆ ਸਾਰੋ ਹੀ ਇਦਾਂ ਹੀ ਚੱਲੀ ਜਾਣਾ ਪਰ ਹਾਂ ਜੋ ਮਾਈਕਰੋ ਲੈਵਲ ਤੇ 50 ਜਾਂ 60 ਬੰਦੇ ਆਪਾਂ ਬੈਠ ਕੇ ਕਮਰੇ 'ਚ ਕਰ ਸਕਦੇ ਆ ਉਹ 100 ਲੀਟਰ ਵੀ ਜੇ 50 ਨਾਲ ਗੁਣਾ ਕਰੀਏ ਤਾਂ 5000 ਲੀਟਰ ਬਣ ਜਾਂਦਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ